ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਜੋਲੀਆਂ ਦੇ ਗੁਰਦੁਆਰਾ ਸਾਹਿਬ 'ਚ ਇੱਕ ਮੰਦਭਾਗੀ ਘਟਨਾ ਵਾਪਰੀ। ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਨੀ ਭੇਂਟ ਹੋ ਗਏ, ਜਿਸ ਤੋਂ ਬਾਅਦ ਗੁਰਦੁਆਰੇ ਦੀ ਇਮਾਰਤ 'ਚ ਵੀ ਕਾਫੀ ਨੁਕਸਾਨ ਹੋਇਆ ਤੇ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਪੁਲਿਸ ਨੇ ਗੁਰਦੁਆਰਾ ਸਾਹਿਬ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਵੇਲੇ ਇੱਕ ਔਰਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ, ਜਿਸ ਉੱਪਰ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਜੇ ਸਾਡੇ ਪਿੰਡ ਮੰਦਭਾਗੀ ਘਟਨਾ ਹੋਈ ਆ, ਜਿਹਨੂੰ ਇੱਕ ਲੇਡੀ ਜੀ ਨੇ ਉੱਤੇ ਜਨਮ ਦਿੱਤਾ। ਉਹਦੇ ਵੀਡੀਓ 'ਚ ਦੇਖਿਆ ਤੇਲ ਦੀ ਬੋਤਲ ਲੈ ਕੇ ਆਉਂਦੀ, ਉਹ ਅੰਦਰ ਅੱਗ ਲੱਗ ਗਈ। ਅਸੀਂ ਵੀ ਜਦੋਂ ਪਹਿਲਾਂ ਬਰੀਕੀ ਨਾਲ ਉਹਦੀ ਜਾ ਕੇ ਜਾਂਚ ਕੀਤੀ, ਪ੍ਰਸ਼ਾਸਨ ਆਇਆ, ਪ੍ਰਸ਼ਾਸਨ ਨੇ ਸਾਡਾ ਸਹਿਯੋਗ ਦਿੱਤਾ ਤੇ ਉੱਥੇ ਜਾ ਕੇ ਦੇਖਿਆ ਕਿ ਅੱਗ ਲਾਈ ਹੋਈ ਲੱਗਦੀ ਆ। ਚਲੋ ਫਿਰ ਅਸੀਂ ਇੱਥੇ ਕੈਮਰੇ ਲੱਗੇ ਤੇ ਮੈਂ ਆਪਣੇ ਸਾਡੇ ਜਿਹੜੀ ਕਮੇਟੀ ਉਹਦਾ ਬਹੁਤ ਧੰਨਵਾਦੀ ਹਾਂ, ਕੈਮਰੇ ਲਵਾਏ ਤੇ ਜਿਹਦੇ ਨਾਲ ਹੋਰ ਵੀ ਜ਼ਿਆਦਾ ਪ੍ਰੋਪਰ ਕੋਈ ਘਟਨਾ ਵਰਤੀਆਂ ਨੇ, ਇਹਦੇ ਨਾਲ ਪਤਾ ਲੱਗ ਗਿਆ ਵੀ ਕੌਣ ਆ, ਨਹੀਂ ਪਤਾ ਨਹੀਂ ਕਿੰਨੇ ਕਿੰਨੇ ਇੱਥੇ ਹੋਰ ਆ। ਤੇ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ, ਸਾਰੇ ਦਰਬਾਰ ਸਾਹਿਬ ਨੂੰ ਅੱਗ ਲੱਗ ਗਈ। ਸਾਡੇ ਨੌਜਵਾਨਾਂ ਨੇ ਆਲੇ ਦੁਆਲੇ ਟੈਂਕੀਆਂ ਤੋਂ ਪਾਣੀ ਲੈ ਕੇ ਪੈਪ ਲਾ ਕੇ ਮੁੱਦਾਂ ਤੋਂ ਅੱਗ ਭਜਾਈ ਆ। ਫਾਇਰ ਬ੍ਰਿਗੇਡ ਦੀ ਆ ਲੇਡੀ ਤੁਹਾਡੇ ਪਿੰਡ ਦੀ ਸੀ ਜਾਂ ਕਿੱਦਾਂ? ਸਾਡੇ ਪਿੰਡ ਦੀ ਸੀ ਜੀ। ਉਹ ਜਿਹੜੀ ਕੋਈ ਪਤਾ ਲੱਗਿਆ ਉਹਨਾਂ ਨੂੰ ਕੀ ਇਤਰਾਜ ਸੀ ਇੱਥੇ ਆ ਕੇ ਅੱਗ ਲਾਉਣ ਦਾ ਕਾਰਨ? ਉਹਨੂੰ ਅਰੈਸਟ ਕਰਿਆ ਕਰ ਲਿਆ, ਉਹਨੂੰ ਪੁਲਿਸ ਅਰੈਸਟ ਕਰਕੇ ਲੈ ਗਈ। ਫੋਨ ਆਇਆ ਕਿ ਗੁਰੂ ਘਰ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਅਗਨੀ ਭੇਟ ਹੋ ਗਿਆ, ਜਿਸ ਸੰਬੰਧੀ ਬੜੇ ਦੁੱਖ ਦੀ ਗੱਲ ਹੈ। ਮੈਂ ਮੌਕੇ 'ਤੇ ਪਹੁੰਚਿਆ, ਪ੍ਰਧਾਨ ਜੀ ਲਿਆ, ਅਸੀਂ ਉਹ ਕੈਮਰੇ ਚੈੱਕ ਕੀਤੇ। ਕੈਮਰੇ ਚੈੱਕ ਕਰਨ ਤੋਂ ਬਾਅਦ ਸਾਡੇ ਕੋਲ ਜਿਵੇਂ ਆ ਰਿਹਾ, ਅਸੀਂ ਲੇਡੀ ਸਾਡੇ ਕੋਲ ਆਈ ਆ, ਅਸੀਂ ਉਹ ਅਰੈਸਟ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪਰਚਾ ਦੇ ਰਹੇ ਹਾਂ, ਜੋ ਵੀ ਆ ਬਾਕੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਤੱਥ ਤੁਹਾਡੇ ਕੋਲ ਸਾਹਮਣੇ ਤੁਹਾਡੇ ਜਾਗਰੂਕ ਕੀਤੇ ਜਾਣਗੇ। ਮੇਰੇ ਨਾਲ ਪ੍ਰਧਾਨ ਜੀ ਹੈਗੇ ਨੇ, ਅਸੀਂ ਹੁਣ ਇਹਨਾਂ ਦੇ ਸਟੇਟਮੈਂਟ ਲੈ ਕੇ ਜੋ ਪਰਚਾ ਜਿਹੜਾ ਉਹ ਦਰਜ ਕਰ ਰਹੇ ਹਾਂ। ਸਰ ਕੀ ਲੇਡੀ ਨੂੰ ਕਰ ਲਾਂਗੇ, ਬਸ ਫੋਰਸ ਟੀਮ ਭੇਜੀ ਹੋਈ ਆ। ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ, ਸਵੇਰਾ ਪੰਜਾਬ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94647, 84374 94648।